ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ? ਦੋਸਤੋ ਠੀਕ ਠਾਕ ਜੀ? ਅਤੇ ਦੋਸਤੋ, ਇਸ ਟਾਈਮ ਮੈਂ ਹੈਗਾ ਕਰੇਸ਼ੀਆ ਦੇ ਵਿੱਚ। ਮਤਲਬ ਜਿਸ ਤਰ੍ਹਾਂ ਕਿ ਤੁਸੀਂ ਮੇਰੀ ਵੀਡੀਓ ਦੇਖੀ ਆ ਪਿਛਲੀ, ਜਿਹੜੀ ਮਾਈ ਜਰਨੀ ਫਰੋਮ ਇੰਡੀਆ ਟੂ ਕਰੇਸ਼ੀਆ ਵਾਲੀ, ਅਤੇ ਇਸ ਟਾਈਮ ਮੈਂ ਕਰੇਸ਼ੀਆ ਦੇ ਵਿੱਚ ਹਾਂ। ਅਤੇ ਮੈਂ ਤੁਹਾਨੂੰ ਅੱਜ ਸਾਰਾ A to Z ਦੱਸਾਂਗਾ ਕਿ ਮੇਰੇ ਜਿਹੜਾ ਵੀਜ਼ਾ ਅਪਰੂਵਲ ਆ ਉਹ ਕਦੋਂ ਹੋਇਆ, ਕਦੋਂ ਮੈਂ ਸਬਮਿਸ਼ਨ ਕਰਵਾਈ ਸੀਗੀ, ਅਤੇ ਕਦੋਂ ਮੇਰਾ ਜਿਹੜਾ ਕਿਹੜੇ ਕਿਹੜੇ ਡਾਕੂਮੈਂਟਸ ਲੱਗੇ ਸੀ, ਹੈ ਨਾ। ਸੋ ਦੋਸਤੋ, ਜਿਹੜੀ ਮੇਰੀ ਸਬਮਿਸ਼ਨ ਡੇਟ ਹੈਗੀ ਸੀਗੀ, ਪਹਿਲਾਂ ਮੇਰਾ ਤੁਸੀਂ ਵੀਜ਼ਾ ਦੇਖ ਲਓ, ਆਹ ਸਕਰੀਨ ਦੇ ਵਿੱਚ ਤੁਸੀਂ ਵੀਜ਼ਾ ਦੀ ਦੇਖ ਲਓ ਮੇਰਾ। ਅਤੇ ਮੇਰਾ ਜਿਹੜਾ ਵੀਜ਼ਾ ਸੀਗਾ ਉਹ ਮੇਰਾ ਅਪਰੂਵਲ ਹੋ ਗਿਆ ਸੀਗਾ 10th June ਮੇਰਾ ਵੀਜ਼ਾ ਆ ਗਿਆ ਸੀਗਾ। ਅਤੇ ਮੇਰੀ ਸਬਮਿਸ਼ਨ ਹੋਈ ਸੀਗੀ ਜਿਹੜੀ ਉਹ ਹੋਈ ਸੀਗੀ 5 April, 5 April ਨੂੰ ਮੇਰੀ ਸਬਮਿਸ਼ਨ ਹੋ ਗਈ ਸੀਗੀ VFS ਮੁੰਬਈ ਦੇ ਵਿੱਚ। ਅਤੇ ਜਿਹੜਾ ਉੱਥੇ ਮਤਲਬ ਜਿਹੜਾ 2 ਘੰਟੇ ਦਾ ਪ੍ਰੋਸੈਸ ਹੋਇਆ ਮੇਰਾ, ਬਾਇਓਮੈਟ੍ਰਿਕ ਵਗੈਰਾ A to Z ਸਾਰਾ ਜਿਹੜਾ ਉਹਨਾਂ ਦਾ ਪ੍ਰੋਸੈਸ ਹੁੰਦਾ ਵਾ। ਅਤੇ ਜਿਹੜੀ PCC ਮੈਂ ਲਾਈ ਸੀਗੀ ਉਹ ਲਾਈ ਸੀਗੀ ਮੈਂ SSP ਵਾਲੀ, ਅਤੇ ਉਹ ਤੁਹਾਡੇ ਕੋਲ ਅਟੈਸਟਡ ਅਤੇ ਅਪੋਸਟਾਈਲ ਹੋਣੀ ਚਾਹੀਦੀ ਆ, ਅਟੈਸਟਡ ਅਪੋਸਟਾਈਲ ਅਤੇ DC ਦੀ ਸਟੰਪ ਲੱਗੀ ਹੋਣੀ ਚਾਹੀਦੀ ਜੇ ਜੇ ਤੁਹਾਡੇ ਕੋਲ SSP ਵਾਲੀ PCC ਆ। ਅਤੇ ਅਦਰਵਾਈਜ਼ ਜੇ ਪਾਸਪੋਰਟ ਵਾਲੀ ਹੈ ਤਾਂ ਉਹ ਤਾਂ ਸਿਰਫ ਇਕੱਲੀ ਅਪੋਸਟਾਈਲ ਹੀ ਹੋਣੀ ਚਾਹੀਦੀ ਹੈ। ਅਤੇ ਬਾਕੀ ਮੇਰਾ ਜਿਹੜਾ ਮੇਰਾ ਵੀਜ਼ਾ ਆਇਆ ਵਾ ਉਹ ਆਇਆ ਵਾ ਅਰਾਊਂਡ 65 ਡੇਜ਼ ਦੇ ਵਿੱਚ। 65 ਡੇਜ਼ ਦੇ ਵਿੱਚ ਮੇਰਾ ਵੀਜ਼ਾ ਅਪਰੂਵ ਹੋ ਕੇ ਜਿਹੜਾ ਵਾ ਉਹ ਮੇਰਾ ਮੇਰੇ ਘਰ ਦੇ ਐਡਰੈਸ 'ਤੇ ਵਾਇਆ ਪੋਸਟ ਪਹੁੰਚ ਗਿਆ ਸੀਗਾ। ਪਰ ਜਿਹੜਾ ਸਟੇਟਸ ਸੀਗਾ, ਜਿਹੜਾ ਆਪਾਂ ਸਟੇਟਸ ਟਰੈਕ ਕਰਦੇ ਹਾਂ VFS ਦੀ ਸਾਈਡ ਤੋਂ, ਉਹ ਸੇਮ ਸ਼ੋ ਹੋ ਰਿਹਾ ਸੀਗਾ ਕਿ ਬੀਇੰਗ ਪ੍ਰੋਸੈਸਡ ਇਨ ਅੰਬੈਸੀ। ਸੋ ਐਕਚੁਅਲੀ ਫਿਰ ਮੈਨੂੰ ਜਿੱਦਾਂ ਜਦੋਂ ਪਾਰਸਲ ਮਿਲਿਆ VFS ਵਾਲਿਆਂ ਦਾ, ਕੋਰੀਅਰ ਮਿਲਿਆ, ਫਿਰ ਮੈਨੂੰ ਖੋਲ੍ਹ ਕੇ ਪਤਾ ਲੱਗਾ ਕਿ ਮੇਰਾ ਜਿਹੜਾ ਵਾ ਉਹ ਵੀਜ਼ਾ ਆ ਗਿਆ ਵਾ। ਟਰੈਕ ਕਰਕੇ ਤਾਂ ਸੇਮ ਹੀ ਸ਼ੋ ਕਰ ਰਿਹਾ ਸੀਗਾ ਕਿ ਤੁਹਾਡੀ ਜਿਹੜੀ ਫਾਈਲ ਆ ਉਹ ਪ੍ਰੋਸੈਸ ਅੰਬੈਸੀ ਦੇ ਵਿੱਚ ਹੀ ਪ੍ਰੋਸੈਸ ਹੋ ਰਹੀ ਹੈ। ਸੋ ਜਿਹੜਾ ਵੀਜ਼ਾ ਜਿਹੜਾ ਵੀਜ਼ਾ ਵਾ ਮੇਰੇ ਕੋਲ ਇਹ 45 ਡੇਜ਼ ਦਾ ਵਾ। ਇਹਦੇ ਵਿੱਚ ਤੁਸੀਂ 45 ਡੇਜ਼ ਦੇ ਵਿੱਚ ਤੁਸੀਂ ਕਰੇਸ਼ੀਆ ਦੇ ਵਿੱਚ ਇੰਟਰੀ ਕਰਨੀ ਹੁੰਦੀ ਹੈ। ਸੋ ਇਹ ਤੁਹਾਡੇ ਕੋਲ ਇੱਕ ਤਰ੍ਹਾਂ ਦਾ ਇੰਟਰੀ ਪਰਮਿਟ ਹੁੰਦਾ, ਫਿਰ ਤੁਸੀਂ ਇੱਥੇ ਆਣ ਕੇ ਜਿਹੜੀ ਆ ਮੇਰੀ ਉਹ ਕੰਪਨੀ ਨੇ TRC ਵਗੈਰਾ ਅਪਲਾਈ ਹੋ ਗਈ ਹੈ ਮੇਰੀ, ਅਤੇ ਉਹਦਾ ਵੀ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਸਾਰਾ ਡਿਟੇਲ ਦੱਸੂੰਗਾ ਕਿ ਤੁਸੀਂ TRC ਜਿਹੜੀ ਕਿਸ ਤਰ੍ਹਾਂ ਅਪਲਾਈ ਕਰਨੀ ਹੈ, ਕੌਣ ਕੰਪਨੀ ਅਪਲਾਈ ਕਰਦੀ ਹੈ ਜਾਂ ਤੁਸੀਂ ਅਪਲਾਈ ਕਰਦੇ ਹੋ, ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ, ਤੁਸੀਂ ਕਿਹੜੇ ਡਾਕੂਮੈਂਟ ਇੰਡੀਆ ਤੋਂ ਲੈ ਕੇ ਆਉਣੇ ਕਿ ਤਾਂ ਕਿ ਜਿਹੜਾ ਤਾਂ ਕਿ ਜਿਹੜੀ ਤੁਹਾਡੀ TRC ਹੈ ਜਿਹੜੀ ਉਹ ਇੱਥੇ ਉਹ ਅਪਲਾਈ ਹੋ ਸਕੇ, ਕਿਉਂਕਿ ਕੁਝ ਡਾਕੂਮੈਂਟਸ ਤੁਹਾਨੂੰ ਨਾਲ ਲੈ ਕੇ ਆਉਣੇ ਪੈਣੇ ਇੰਡੀਆ ਤੋਂ, ਤਾਂ ਹੀ ਤੁਹਾਡੀ TRC ਅਪਲਾਈ ਹੋਣੀ। ਇਕੱਲੀ ਵੀਜ਼ਾ ਅਤੇ ਜਾਂ ਕੰਟੈਕਟ ਲੈਟਰ 'ਤੇ TRC ਅਪਲਾਈ ਨਹੀਂ ਹੁੰਦੀ। ਸੋ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਡਿਟੇਲ ਨਾਲ ਦੱਸਾਂਗਾ। ਅਤੇ ਬਾਕੀ ਇਹ ਸੀਗਾ ਵੀ ਤੁਸੀਂ ਘਬਰਾਓ ਨਾ, ਵੀਜ਼ੇ ਸਾਰਿਆਂ ਦੇ ਆ ਰਹੇ ਆ, ਵੀਜ਼ੇ A to Z ਸਾਰਿਆਂ ਦੇ ਆ ਰਹੇ ਆ। ਅਪ੍ਰੈਲ ਵਾਲਿਆਂ ਦੇ ਵੀਜ਼ੇ ਆ ਰਹੇ, ਫਸਟ ਵੀਕ ਵਾਲਿਆਂ ਦੇ, ਸੈਕਿੰਡ ਵੀਕ ਵਾਲਿਆਂ ਦੇ ਵੀਜ਼ੇ ਆ ਰਹੇ ਆ। ਅਤੇ ਜਿਨ੍ਹਾਂ ਦੇ ਜਿਹੜੇ ਬਾਇਓਮੈਟ੍ਰਿਕ ਵਗੈਰਾ ਜਿਹੜੇ ਆ ਉਹ ਅਪਲੋਡ ਨਹੀਂ ਹੋਏ, ਚੰਗੀ ਤਰ੍ਹਾਂ ਸਕੈਨ ਨਹੀਂ ਹੁੰਦੇ VFS ਦੇ ਵਿੱਚ, ਉਹਨਾਂ ਦੀ ਹੀ ਦੇਰੀ ਲੱਗ ਰਹੀ ਆ। ਬਾਕੀ ਦੇ ਕੇਸ ਤਕਰੀਬਨ ਸਾਰੇ ਜਿਹੜੇ ਆ ਉਹ ਬਾਇਓਮੈਟ੍ਰਿਕ ਵਗੈਰਾ ਜਿਹੜੇ ਵੀਜ਼ੇ ਜਿਹੜਾ ਉਹ ਸਾਰੇ ਆ ਰਹੇ ਆ। ਸੋ ਘਬਰਾਓ ਨਾ, ਵੇਟ ਕਰੋ, ਜੇ ਤੁਹਾਡੀ ਫਾਈਲ ਲੱਗੀ VFS ਦੇ ਵਿੱਚ ਤਾਂ ਤੁਹਾਡਾ ਡੈਫੀਨੇਟਲੀ ਜਿਹੜਾ ਵਾ ਵੀਜ਼ਾ ਰਿਜ਼ਲਟ ਆ ਉਹ ਆਊਗਾ। ਅਤੇ ਜਿਹੜਾ ਰੇਸ਼ੋ ਹੈਗਾ ਉਹ 100% ਹੈਗਾ, ਜੇ ਤੁਹਾਡੀ ਕੰਪਨੀ ਜੈਨੂਅਨ ਹੈਗੀ ਆ, ਕੰਪਨੀ ਜਿਹੜੀ ਜਦੋਂ ਅੰਬੈਸੀ ਵੈਰੀਫਿਕੇਸ਼ਨ ਭੇਜਦੀ ਕਰੇਸ਼ੀਆ ਦੇ ਵਿੱਚ, ਤਾਂ ਜਿਹੜੇ ਪੁਲਿਸ ਵਾਲੇ ਆ ਉਹ ਥੋੜ੍ਹਾ ਟਾਈਮ ਲਾ ਦਿੰਦੇ ਵੈਰੀਫਿਕੇਸ਼ਨ ਕਰਨ, ਤਾਂ ਕਰਕੇ ਜਿਹੜੀ ਫਾਈਲ ਪ੍ਰੋਸੈਸ ਆ ਉਹ ਲੇਟ ਹੋਣ ਲਈ, ਕਿਉਂਕਿ ਪੁਲਿਸ ਵਾਲੇ ਇੱਥੇ ਜਿਹੜੇ ਹੈਗੇ ਆ ਪੁਲਿਸ ਸਟੇਸ਼ਨ ਦੇ ਵਿੱਚ ਹੁੰਦੇ ਆ, ਜਿਹੜੇ ਉਹ 2-3 ਹੀ ਹੁੰਦੇ ਆ, ਸੋਰੀ ਆਈ ਮੀਨ ਜ਼ਿਆਦਾ ਸਟਾਫ ਨਹੀਂ ਹੁੰਦਾ, ਥੋੜ੍ਹੇ ਜਿਹੇ ਪੁਲਿਸ ਵਾਲੇ ਹੁੰਦੇ, ਥੋੜ੍ਹਾ ਜਿਹਾ ਪੁਲਿਸ ਸਟੇਸ਼ਨ ਹੁੰਦਾ ਵਾ। ਅਤੇ ਜਿਹੜੀ ਕੈਪੀਟਲ ਹੈ ਉੱਥੇ ਸ਼ਾਇਦ ਜ਼ਿਆਦਾ ਹੋਣਗੇ, ਬਟ ਜਿਹੜੀ ਮੇਰਾ ਹੈਗੀ ਲੋਕੇਸ਼ਨ ਹੈਗੀ ਇੱਥੇ, ਜਿਹੜੇ ਆ ਪੁਲਿਸ ਸਟੇਸ਼ਨ, ਜਿਹੜੇ ਪੁਲਿਸ ਵਾਲੇ ਬੜੇ ਘੱਟ ਆ ਪੁਲਿਸ ਸਟੇਸ਼ਨ ਦੇ ਵਿੱਚ, ਉਹਦੇ ਕਰਕੇ ਜਿਹੜੀ ਵੈਰੀਫਿਕੇਸ਼ਨ ਵਗੈਰਾ ਉਹ ਵੀ ਲੇਟ ਹੋ ਜਾਂਦੀ ਆ। ਸੋ ਵੈਰੀਫਿਕੇਸ਼ਨ ਹੋ ਕੇ ਜਦੋਂ ਫਿਰ ਅੰਬੈਸੀ ਕੋਲ ਜਾਂਦੀ, ਫਿਰ ਅੰਬੈਸੀ ਜਿਹੜੀ ਉਹ ਵੀਜ਼ਾ ਤੁਹਾਡਾ ਇਸ਼ੂ ਕਰਦੀ ਹੈ। ਇਹ ਨਹੀਂ ਵੀ ਤੁਸੀਂ ਤੁਹਾਡਾ ਪਰਮਿਟ ਆ ਗਿਆ, ਕੰਟੈਕਟ ਲੈਟਰ ਆ ਗਿਆ, ਡਾਕੂਮੈਂਟ ਲੱਗੇ, ਤੁਹਾਡਾ ਵੀਜ਼ਾ ਇਸ਼ੂ ਹੋ ਜਾਣਾ ਵਾ। ਵੈਸੇ ਨੇ ਅੰਬੈਸੀ ਨੇ ਵੈਰੀਫਿਕੇਸ਼ਨ ਇੱਕ ਵਾਰ ਫੇਰ ਕਰਨੀ ਹੁੰਦੀ ਆ, ਫਿਰ ਵੈਰੀਫਿਕੇਸ਼ਨ ਇੱਥੇ ਕਰੇਸ਼ੀਆ ਦੇ ਵਿੱਚ ਆਉਂਦੀ ਆ। ਸੋ ਤੁਸੀਂ ਵੇਟ ਕਰੋ ਦੋਸਤੋ। ਅਤੇ ਬਾਕੀ ਇਹ ਆ ਵੀ ਤੁਸੀਂ ਵੀਜ਼ੇ ਮੇਰੀ ਦੀ ਫੋਟੋ ਦੇਖ ਲਈ ਸਕਰੀਨ ਦੇ ਵਿੱਚ। ਸੋ ਬਾਕੀ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਜਾ ਕੇ ਮੈਸੇਜ ਕਰ ਦਿਓ, ਮੈਂ ਆਪਣੀ ਇੰਸਟਾਗ੍ਰਾਮ ਦੀ ਆਈਡੀ ਜਿਹੜੀ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ, ਤੁਸੀਂ ਉੱਥੇ ਜਾ ਕੇ ਮੈਨੂੰ ਮੈਸੇਜ ਕਰ ਲਿਓ। ਅਤੇ ਕੋਈ ਵੀ ਕੁਐਸਚਨ ਹੋਇਆ ਬਾਕੀ ਕਮੈਂਟ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ। ਚੈਨਲ ਸਬਸਕ੍ਰਾਈਬ ਕਰਨ ਦਾ ਕੋਈ ਖਰਚਾ ਨਹੀਂ ਗਾ, ਫਰੀ ਆਫ ਕੋਸਟ ਆ। ਸੋ
ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰ ਲਿਆ ਕਰੋ। ਇੱਦਾਂ ਦੀ ਹੋਰ ਵੀਡੀਓਜ਼ ਵੀ ਆ ਰਹੀਆਂ ਵਾ, ਮੈਂ ਸਾਰੀ A to Z ਇਨਫੋਰਮੇਸ਼ਨ ਦਊਂਗਾ ਕਰੇਸ਼ੀਆ ਦੇ ਬਾਰੇ। ਤੁਸੀਂ ਆਪਣਾ ਚੈਨਲ ਨੂੰ ਚੈਨਲ ਦੇ ਨਾਲ ਜੁੜੇ ਰਹੋ, ਚੈਨਲ ਨੂੰ ਸਾਥ ਸਾਥ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ, ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੋਸਤੋ, ਤਦ ਤੱਕ ਰੱਬ।